ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਦਾ ਜਾਵੇ ਫਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਦਾ ਜਾਵੇ ਸੰਗਤ ਵਿੱਚ ਜਾ ਕੇ ਵੀ ਹੋਰ ਕਾਮਨਾ ਨਾ ਹੋਣ ਮਨ ਵਿੱਚ, ਹੋਰ ਵਾਰਸ ਨਾ ਹੋਣ ਮਨ ਵਿੱਚ, ਹੋਰ ਸੰਕਲਪ ਵਿਕਲਪ ਫੁਰਨੇ ਨਾ ਹੋਣ, ਹੋਰ ਪਾਸੇ ਮਰ ਕੇ ਚੰਗੇ ਬਸਤਰ ਮਿਲ ਜਾਣ, ਚੰਗਾ ਖਾਣ ਪੀਣ ਵੀ ਮਿਲ ਜਾਵੇ, ਇਹ ਚੀਜ਼ ਮਿਲ ਜਾਵੇ, ਇਹ ਮਿਲ ਜਾਵੇ, ਇਹੋ ਜਿਹੀ ਕਾਮਨਾ ਵਿੱਚ ਨਾ ਕਿਤੇ ਮਨ ਫਸਿਆ ਰਹੇ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਹਨ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਬਿਮਲ ਮਝਾਰ ਬਸਤ ਨਿਰਮਲ ਜਾਣ, ਪਦਮਨ ਜਾਵਨ ਰੋ, ਪਦਮਨ ਜਾਵਨ ਜਲ ਰਸ ਸੰਗਤ ਸੰਗ ਦੋਖ ਨਹੀਂ ਰੋ, ਦਾਦਰ ਤੂੰ ਕਦਹ ਨਾ ਜਾਣ ਕਰੋ, ਸਜਾਲ ਬਸ ਨਿਰਮਲ ਜਲ ਅੰਮ੍ਰਿਤ ਨਾ ਲਖ ਕਰੋ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਈਆਂ ਨੂੰ ਵਿਚਾਰ ਦਿੰਦਾ ਹੋਇਆ, ਫਿਰ ਜੀ ਵਿਚਾਰ ਕਰ ਵੇਖ, ਸਮੁੰਦਰ ਦੇ ਵਿੱਚ ਜਲ ਭਰਿਆ ਹੋਇਆ, ਉਸ ਦੇ ਵਿੱਚ ਕਵਲ ਹੈ, ਉਸ ਦੇ ਵਿੱਚ ਜਾਲਾ ਵੀ ਹੈ, ਕਵਲ ਵੀ ਜਲ ਦੇ ਆਸਰੇ ਹੈ ਤੇ ਜਾਲਾ ਵੀ ਜਲ ਦੇ ਆਸਰੇ ਹੈ। ਸੋ ਕਵਲ ਜਲ ਤੋਂ ਬਿਨਾਂ ਕਵਲ ਵੀ ਸੁੱਕ ਜਾਂਦਾ ਹੈ ਤੇ ਜਾਲਾ ਵੀ ਸੁੱਕ ਜਾਂਦਾ ਹੈ, ਪਰ ਉੱਥੇ ਉਸੇ ਹੀ ਕਵਲ ਤੇ ਜਾਲੇ ਤੇ ਪਾਣੀ ਤੇ ਸੋਗਤ ਦੇ ਵਿੱਚ ਇੱਕ ਡੱਡੂ ਵੀ ਰਹਿੰਦਾ ਹੈ। ਸੋ ਉਸ ਡੱਡੂ ਨੂੰ ਉਹ ਕਵਲ ਦੀ ਖਬਰ ਹੀ ਨਹੀਂ, ਸਾਰ ਹੀ ਨਹੀਂ, ਉਹ ਪਰਸ ਸੁਬਾਨ ਉਹ ਸਮਾਨ ਜਾਲਾ ਹੀ ਖਾਂਦਾ ਰਹਿੰਦਾ ਹੈ। ਬਸਤ ਨਿਰਮਲ ਜਲ ਉਜਲ ਜਲ ਦੇ ਵਿੱਚ ਉਹ ਵੀ ਰਹਿੰਦਾ ਹੈ। ਅੰਮ੍ਰਿਤ ਨਾ ਲੱਖ ਕਰੋ, ਉਹ ਜੋ ਅੰਮ੍ਰਿਤ ਖੁਸ਼ਬੂ ਹੈ ਕਵਨ ਦੀ, ਉਹਨੂੰ ਨਹੀਂ ਉਹ ਜਾਣਦਾ। ਸੋ ਪਰ ਨਿਤ ਜਲ ਵਸ ਜਲ ਨਿਤ ਵਸਦਾ ਹੈ ਡੱਡੂ ਨਿਤਾ ਧਰਤੀ ਜਲ ਦੇ ਵਿੱਚ, ਨਾ ਵਸਤ ਅਲੀ ਅਲ ਅਲੀ ਪੌੜੀ ਤੇ ਅਲ ਪੌੜਾ, ਉਹ ਨਿਤ ਨਹੀਂ ਵਸਦੇ ਹੁੰਦੇ ਉਸ ਕਵਲ ਦੇ ਉੱਪਰ। ਪਰ ਮੇਲ ਚਾਗੋਲ ਰੇ, ਪਰ ਮੇਲ ਉੱਪਰੋਂ ਦੂਰੋਂ ਉੱਡ ਕੇ ਆ ਕੇ ਚਾਹ ਪੁਨਰ ਚੁੰਘ ਲੈਂਦੇ ਉਸ ਖੁਸ਼ਬੂ ਦੇ ਪਾਈ ਕਵਲ ਦੀ ਦੇ ਪਾਈ। ਪਰ ਬਾਦਲ ਤੂੰ ਕਦਾ ਵੱਲ ਜਾਣ, ਡੱਡੂ ਤੂੰ ਨਹੀਂ ਜਾਣਦਾ, ਉਹ ਕਵਲ ਦੀ ਸਾਰੀ ਨਾ ਜਾਣੀ, ਤੂੰ ਜਾਲਾ ਖਾਣ ਵਿੱਚ ਲੱਗਾ ਰਿਹਾ, ਰਹਿੰਦਾ ਵੀ ਕਵਲ ਦੇ ਪਾਸ ਹੀ ਹੈ, ਤੇ ਜਿਹੜੇ ਭੌਰੇ ਨੇ ਉਹ ਪਾਸ ਨਹੀਂ ਮਿੱਤ ਰਹਿੰਦੇ, ਉਹ ਉਡਾਰੀ ਮਾਰ ਕੇ ਆਉਂਦੇ ਨੇ, ਖੁਸ਼ਬੂ ਲੈ ਕੇ ਰੱਜ ਕੇ ਚਲੇ ਜਾਂਦੇ ਨੇ, ਤੇਰੇ ਨਾਲੋਂ ਉਹ ਚੰਗੇ ਹਨ। ਇਸੇ ਪ੍ਰਕਾਰ ਸੰਗਤ ਵਿੱਚ ਸੰਗਤ ਇੱਕ ਸਰੋਵਰ ਹੈ ਜੋ ਉੱਜਲ ਨਾਮ ਜਲ ਦੇ ਨਾਲ ਭਰੀ ਹੋਈ ਹੈ। ਜਿਸ ਸੰਗਤ ਜਲ ਦੇ ਵਿੱਚ ਬਿਮਲ ਮਝਾਰ ਬਸਤ ਨਿਰਮਲ ਜਲ, ਇਸ ਦੇ ਵਿੱਚ ਵਸਦੇ ਹਨ ਕੌਣ? ਮਹਾਤਮਾ ਪਰਮੇਸ਼ਰ ਦੇ ਪਿਆਰੇ ਕਵਲ ਦੀ ਨਿਆਈ ਰਹਿੰਦੇ ਵੀ ਪਦਾਰਥਾਂ ਦੇ ਆਸਰੇ ਹਨ। ਪਦਾਰਥ ਖਾਧਿਆਂ ਤੋਂ ਬਿਨਾਂ ਕਲਯੁਗ ਵਿੱਚ ਨਹੀਂ ਰਹਿ ਸਕਦੇ, ਪਦਾਰਥ ਵੀ ਛੱਡਦੇ ਹਨ, ਪਰ ਉਹ ਕਵਲ ਪਾਣੀ ਵਿੱਚ ਰਹਿੰਦਾ ਹੋਇਆ ਪਾਣੀ ਦੇ ਅਸਰ ਤੋਂ ਨਿਰਲੇਪ ਹੈ, ਉਹ ਪਰਮੇਸ਼ਰ ਦੇ ਪਿਆਰੇ ਰਹਿੰਦੇ ਨਿਰਲੇਪ ਹਨ। ਤੇ ਇਸ ਵਿੱਚ ਸਾਧ ਸੰਗਤ ਦੇ ਆਸਰੇ ਉਹ ਪਦਾਰਥਾਂ ਦੀ ਜਾਲਾ ਵੀ ਵਿੱਚ ਬੜਾ ਭਾਰੀ ਹੈ, ਜਿੱਥੇ ਪੁੱਜਣ ਜਾਲਾ ਸਿਮਰ ਭਜਨ ਰੂਪ, ਉੱਥੇ ਪਦਾਰਥਾਂ ਰੂਪੀ ਜਾਲਾ ਵੀ ਬੇਅੰਤ ਹੈ, ਜਿੱਥੇ ਮਹਾਤਮਾ ਰੂਪੀ ਕਵਲ ਵੀ ਰਹਿੰਦੇ ਹਨ, ਤੇ ਉੱਥੇ ਹੈ ਜੀਵ ਰੂਪੀ ਡੱਡੂ ਉਹ ਵਿੱਚ ਰਹਿੰਦਾ ਹੋਇਆ, ਤੇ ਕੇਵਲ ਪਦਾਰਥਾਂ ਨੂੰ ਖਾਣ ਪੀਣ ਵਿੱਚ ਹੀ ਲੱਗਾ ਰਹਿੰਦਾ ਹੈ। ਜੇ ਮੈਨੂੰ ਪਦਾਰਥ ਅੱਜ ਚੰਗੇ ਮਿਲ ਜਾਣ, ਜੇਕਰ ਚੰਗਾ ਪਦਾਰਥ ਮਿਲ ਗਿਆ ਤਾਂ ਪੜ੍ਹ ਲਿਆ, ਪ੍ਰਭ ਜੀ ਕਿਹਾ ਮੈਨੂੰ ਮਿਲਣਾ, ਤੇ ਜੇ ਕਿਤੇ ਖੁਸ਼ਕ ਪ੍ਰਸ਼ਾਦਾ ਮਿਲ ਗਿਆ ਤਾਂ ਔਖੀ ਕੜੀ ਨਾ ਦੇਖਣ ਗਈ। ਜੇ ਮਨ ਵਿੱਚ ਖਿਆਲ ਹੈ ਤਾਂ ਫਿਰ ਡੱਡੂ ਵਰਗਾ ਸੁਭਾਅ ਹੈ, ਤੇ ਫਿਰ ਪਦਾਰਥਾਂ ਰੂਪੀ ਜਾਲਾ ਹੀ ਖਾ ਰਿਹਾ ਹੈ, ਤੇ ਮੋਹ ਰੂਪੀ ਚਿੱਕਰ ਦੇ ਵਿੱਚ ਟਪੂਸੀਆਂ ਮਾਰ ਰਿਹਾ ਹੈ। ਪਰ ਵੇਖ, ਇੱਕ ਜਗਿਆਸੂ ਤੇ ਜਗਿਆਸਣਾ ਰੂਪੀ ਭੌਰੇ ਤੇ ਭੌਰੀਆਂ ਉੱਡ ਕੇ ਆਉਂਦੇ ਨੇ ਦ੍ਰਿਸ਼ਟੀ ਰੋਗ ਆਪਣੇ ਘਰਾਂ ਚ, ਚਲੋ ਬਈ ਚੱਲੀਏ ਹੁਣ ਮੌਕਾ ਕਥਾ ਕੀਰਤਨ ਦਾ,
ਉਹ ਭੱਜ ਕੇ ਵਾਰੀ ਮਾਰ ਕੇ ਵਰਾਗ ਧਾਰ ਕੇ ਆ ਜਾਂਦੇ ਨੇ ਗੁਰੂ ਕੇ ਗੁਰਦੁਆਰੇ ਉੱਥੇ ਆ ਕੇ ਸੱਚ ਆਪਣੀ ਬਿਰਤੀ ਰੂਪੀ ਤੇ ਨਾਸਤਾ ਲਾ ਕੇ ਪ੍ਰੀਤ ਰੂਪੀ ਨਾਸਤਾ ਲਾ ਕੇ ਉਹ ਕੀਰਤਨ ਦਾ ਉਹ ਕਥਾ ਦਾ ਉਹ ਸਿਮਰਨ ਭਜਨ ਦਾ ਉਹ ਭਗਤੀ ਦੀ ਖੁਸ਼ਬੂ ਲੈ ਕੇ ਫਿਰ ਉਹ ਵਾਰੀ ਮਾਰ ਕੇ ਆਪਣੇ ਚਲੇ ਜਾਂਦੇ ਨੇ ਉਹ ਚੰਗੇ ਹਨ ਸਾਡੇ ਨਾਲ ਜਿਹੜੇ ਉਹ ਖੁਸ਼ਬੂ ਵੀ ਲੈਂਦੇ ਤੇ ਆਪਣੇ ਧਰਮ ਦੀ ਕਿਰਤ ਵੀ ਕੀਤੀ ਉਹ ਚੜ੍ਹਦੀ ਹੈ ਕਲਾ ਵਿੱਚ ਇਸ ਵਾਸਤੇ ਮਨਸਾਰ ਸੰਗਤ ਜੇ ਸੰਗਤ ਵਿੱਚ ਮਿਲਿਆ ਹੈ ਤਾਂ ਭਜ ਕੇਵਲ ਨਾਮ ਪਰ ਕੇਵਲ ਨਾਮ ਹੀ ਨਾਮ ਜਪਣਾ ਹੈ ਸੰਗਤ ਵਿੱਚ ਹੋਰ ਕੋਈ ਝਗੜੇ ਕੋਈ ਪੈਸੇ ਕੋਈ ਵਿਹਾਰ ਕੋਈ ਸੰਸਕਾਰ ਕੋਈ ਕਰਨੇ ਮਨ ਵਿੱਚ ਨਹੀਂ ਕਦੇ ਸਰਮ ਹੋਣੇ ਚਾਹੀਦੇ ਅਜ ਕਬੀਰ ਜੀ ਕਹਿੰਦੇ ਹਨ ਕਬੀਰ ਸਾਹਿਬ ਨੂੰ ਕੋਈ ਨਹੀਂ ਨਾਮ ਜਾਈਆ ਹੱਥ ਨਾ ਲੀਜਾ ਪਾਤਸ਼ਾਹ ਭਾਵ ਨਾ ਲੀਜਾ ਆਗਾ ਜਦੋਂ ਗੁਰੂ ਜੀ ਸਾਧ ਸੰਗਤ ਵਿੱਚ ਮਿਲਣ ਵਾਸਤੇ ਜਾਈਏ ਤਾਂ ਨਾਲ ਐਸਾ ਬੰਦਾ ਨਹੀਂ ਲੈ ਕੇ ਜਾਣਾ ਚਾਹੀਦਾ ਜਿਹੜਾ ਕਹਿੰਦਾ ਰਹਿੰਦਾ ਕਿੰਨਾ ਚਿਰ ਹੋ ਗਿਆ ਬੈਠਣ ਉੱਠ ਚੱਲੀਏ ਮੈਂ ਹੁਣ ਥੋੜਾ ਚਿਰ ਹੋ ਗਿਆ ਚੱਲ ਹੁਣ ਚੱਲੀਏ ਮੈਂ ਇਹ ਤਾਂ ਹੱਸਦੇ ਹੀ ਨਹੀਂ ਹੁਣ ਆਪਾਂ ਨੂੰ ਤੁਰਨਾ ਚਾਹੀਦਾ ਮੈਂ ਆਪਣਾ ਫਲਾਣ ਕੰਮ ਵਿਗੜ ਗਿਆ ਹੁਣ ਮੈਂ ਉਹ ਕੰਮ ਹੁਣ ਜ਼ਰੂਰ ਵਿਗੜ ਜਾਵੇ ਉੱਠ ਜਿਹੜਾ ਇਹਦੇ ਪਛਾਣ ਨਹੀਂ ਹਰ ਵੇਲੇ ਖਿੱਚਦਾ ਰਹਿ ਇਹੋ ਜਿਹਾ ਨਾਲ ਲੈ ਕੇ ਨਹੀਂ ਜਾਣਾ ਚਾਹੀਦਾ ਅਥਵਾ ਇਹੋ ਜਿਹਾ ਸੰਕਲਪ ਨਹੀਂ ਘਰ ਵਿੱਚ ਲੈ ਕੇ ਤੁਰਨਾ ਚਾਹੀਦਾ ਸੰਗਤ ਵੱਲ ਜਿਹੜਾ ਅੰਦਰੋਂ ਬਿਰਤੀ ਨੂੰ ਟਿਕੇ ਨਾ ਦੇਵੇ ਤੇ ਪਿਛਾਣ ਨੂੰ ਤੁਣਕਦਾ ਰਹਿ ਚੱਲੀਏ ਚੱਲੀਏ ਮੁੜ ਚੱਲੀਏ ਇਹੋ ਜਿਹਾ ਸੰਕਲਪ ਲੈ ਕੇ ਨਹੀਂ ਸੰਗਤ ਵਿੱਚ ਆਉਣਾ ਚਾਹੀਦਾ ਜਿਹੜੇ ਸੰਗਤ ਵਿੱਚ ਆਈਏ ਉਹਦੇ ਭਾਗ ਜਾਗਣ ਉਸ ਮੌਕੇ ਤੇ ਉਨਾ ਹੀ ਚਿਰ ਤਾਂ ਸਾਰੇ ਸੰਕਲਪ ਵਿਕਲਪ ਦਬਾ ਕੇ ਤੇ ਭਾਵਨਾ ਸ਼ਰਧਾ ਨਾਲ ਬੈਠੀ ਹੋਣਾ ਕਿ ਇਹ ਸਾਡਾ ਸਮਾਂ ਫਸਲਾ ਹੋ ਰਿਹਾ ਹੈ ਉਮਰ ਉਹੀ ਵਿੱਚ ਲੇਟੇ ਦੇ ਜੋ ਯਾਦ ਸਾਰੇ ਵਿੱਚ ਗੁਜਰੇ ਪੈਦੇ ਗੁਜਰੇ ਇਹੀ ਲੇਖੇ ਚ ਪ੍ਰਮਾਣ ਜੀ ਦੇ ਵਿੱਚ ਉਨਾ ਹੀ ਸਮਾਂ ਸਾਡਾ ਪੈਣਾ ਹੈ ਉਹ ਪਾਸੇ ਪਾਉਣਾ ਦੇ ਗਏ ਮਨ ਦਾ ਸੰਕਲਪ ਰੂਪੀ ਤਾਰ ਪਛਾਣ ਨਹੀਂ ਕਰਨਾ ਚਾਹੀਦਾ ਆਗਾ ਹੋਵੇ ਤੇ ਹੋਵੇ ਅੱਗੇ ਜੋ ਹੋਵੇਗਾ ਉਹ ਚੰਗਾ ਹੀ ਚੰਗਾ ਹੋਵੇਗਾ ਹਮੇਸ਼ਾ ਕਿਰਪਾ ਕਰੇਗਾ ਇਸ ਵਾਸਤੇ ਸੰਗਤ ਵਿੱਚ ਪਾਰ ਦੇ ਕੇਵਲ ਨਾਮ ਜਪਣਾ ਹੈ ਤੇ ਇਹੀ ਕਾਮਨਾ ਮਨ ਵਿੱਚ ਹੋਣੀ ਚਾਹੀਦੀ ਹੈ ਹੋਰ ਛੋਟੀਆਂ ਛੋਟੀਆਂ ਕਾਮਨਾ ਲੈ ਕੇ ਨਹੀਂ ਆਉਣਾ ਚਾਹੀਦਾ ਜੇ ਵੱਡੀ ਕਾਮਨਾ ਪੂਰੀ ਹੋ ਗਈ ਤਾਂ ਛੋਟੀਆਂ ਕਾਮਨਾ ਆਪੇ ਵਿੱਚ ਹੀ ਪੂਰੀਆਂ ਹੋ ਜਾਣਗੀਆਂ ਤੇ ਜੇ ਬੈਠੇ ਹੀ ਪਹਿਲੇ ਡੰਡੇ ਤੇ ਰਹੇ ਥੋੜੇ ਜਿਹੇ ਨੇੜੇ ਹੀ ਬੈਠੇ ਰਹੇ ਤਾਂ ਫਿਰ ਅਗਲਾ ਆਨੰਦ ਵੀ ਪ੍ਰਾਪਤ ਹੋਣਾ ਇਸ ਵਾਸਤੇ ਸਾਨੂੰ ਸਭੀ ਜੀ ਦੇ ਸੰਗਤ ਵਿੱਚ ਆ ਕੇ ਭੱਜ ਕੇਵਲ ਨਾਮ ਜਿੱਥੇ ਨਾਮ ਖਾਲਸਾ ਜੀ ਪ੍ਰਾਪਤ ਹੋ ਗਿਆ ਭਜਨ ਮੈਂ ਜਿੱਥੇ ਪ੍ਰਤਾਪ ਹੋਇਆ ਰਿੱਧ ਸਿੱਧ ਮਾਵਾ ਜੀ ਦਾ ਸੀ ਉੱਥੇ ਰਿੱਧੀਆਂ ਸਿੱਧੀਆਂ ਮਿੱਧੀਆਂ ਕਰਾਮਾਤਾ ਪ੍ਰਭਤਾ ਵਡਿਆਈ ਮਾਇਆ ਜਸ ਪ੍ਰਤਾਪ ਸਭ ਉੱਥੇ ਆਪਣੇ ਆਪ ਹੀ ਪ੍ਰਾਪਤ ਹੋਵੇਗਾ ਇਸ ਵਾਸਤੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਮਨਸਾਰ ਸੰਗਤ ਭੱਜ ਕੇਵਲ ਨਾਮ ਕੇਵਲ ਭਾਈ ਸਿਮਰਨ ਭਜਨ ਕਰ ਰਹੇ